ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਫੋਰ ਜੋਬ। ਜੇਕਰ ਗੱਲ ਕੀਤੀ ਜਾਵੇ ਅੱਜ ਦੀ ਇੱਕ ਹੋਰ ਰਿਕਰੂਟਮੈਂਟ ਹੈਗੀ ਹੈ ਜਿਹੜੀ ਗੌਰਮੈਂਟ ਰਿਕਰੂਟਮੈਂਟ ਹੈਗੀ ਹੈ ਬਿਲਕੁਲ। ਜੇਕਰ ਇਸ ਦੇ ਵਿੱਚ ਗੱਲ ਕੀਤੀ ਹੈ ਪੋਸਟ ਕਿਸ ਡਿਪਾਰਟਮੈਂਟ ਦੇ ਵਿੱਚ ਹੈ, ਕਿੰਨੀ ਹੀ ਪੋਸਟ ਹੈਗੀ, ਲਾਸਟ ਡੇਟ ਕੀ ਰਹੇਗੀ, ਕੁਆਲੀਫਿਕੇਸ਼ਨ ਕੀ ਰਹੇਗੀ, ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਮਿਲ ਜਾਏਗੀ। ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਸ ਤਰ੍ਹਾਂ ਨੋਟੀਫਿਕੇਸ਼ਨ ਆਲ ਇੰਡੀਆ ਰੁਪਿਆਂ ਦੇ ਮਿਲਦੇ ਰਹਿਣਗੇ। ਦੇਖ ਸਕਦੇ ਹੋ ਜਿਹੜੀ ਜਰਨਲ ਦੇ ਲਈ ਇਸ ਦੇ ਵਿੱਚ ਫੀਸ ਰੱਖੀ ਗਈ ਹੈ 100-100 ਰੁਪਏ ਹੋਏਗੀ। SC ST PWD ਜਿਹੜੇ ਕੈਂਡੀਡੇਟ ਉਹਨਾਂ ਲਈ 150 ਰੁਪਏ ਹੋਏਗੀ। ਪੇਮੈਂਟ ਜਿਹੜੀ ਥਰੂ ਆਨਲਾਈਨ ਹੋਏਗੀ, ਜਿਹੜਾ ਸਾਰਾ ਹੀ ਪ੍ਰੋਸੈਸ ਹੋਏਗਾ ਆਨਲਾਈਨ ਹੋਏਗਾ। ਜੇਕਰ ਗੱਲ ਕੀਤੀ ਹੈ ਸਟਾਰਟਿੰਗ ਡੇਟ ਜਿਹੜੀ ਦੇਖ ਸਕਦੇ ਹੋ ਅਪਲਾਈ ਆਨਲਾਈਨ ਹੈ, ਉੱਥੇ ਪੇਮੈਂਟ ਦੀ ਜਿਹੜੀ 23-6-2019 ਤੋਂ ਹੋ ਚੁੱਕੀ ਹੈ। ਲਾਸਟ ਡੇਟ ਜਿਹੜੀ 3-7-2019 ਰਹੇਗੀ। ਐਡਮਿਟ ਕਾਰਡ ਜਿਹੜੇ ਤੁਹਾਡੇ 13-7-2019 ਨੂੰ ਜਾਰੀ ਕਰ ਦਿੱਤੇ ਜਾਣਗੇ। ਟੈਂਟੀਟੇਟਿਵ ਜਿਹੜੀ ਡੇਟ ਹੈਗੀ ਆ ਆਨਲਾਈਨ ਐਗਜ਼ਾਮ ਦੀ ਉਹ 21-7 ਹੋਵੇਗੀ। ਜੇਕਰ ਪੋਸਟ ਦੀ ਗੱਲ ਕੀਤੀ ਉਸ ਤੋਂ ਪਹਿਲਾਂ ਦੇਖਿਆ ਜਾਵੇ ਮਿਨੀਮਮ ਏਜ ਜਿਹੜੀ ਲਿਮਿਟ ਤੁਹਾਡੀ ਰਹੇਗੀ 21 ਏਜ ਮਿਨੀਮਮ ਹੋਣੀ ਚਾਹੀਦੀ ਹੈ, 28 ਮੈਕਸੀਮਮ ਹੋਣੀ ਚਾਹੀਦੀ ਹੈ। ਏਜ ਰਿਲੈਕਸ਼ਨ ਕੈਟਾਗਰੀ ਵਾਈਜ਼ ਦਿੱਤਾ ਜਾਏਗਾ। ਐਜੂਕੇਸ਼ਨ ਕੁਆਲੀਫਿਕੇਸ਼ਨ, ਜੇਕਰ ਤੁਸੀਂ ਗ੍ਰੈਜੂਏਸ਼ਨ ਪਾਸ ਹੋ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਗ੍ਰੈਜੂਏਸ਼ਨ ਕਿਸੇ ਵੀ ਫੀਲਡ ਵਿੱਚ ਪਾਸ ਕੀਤੀ ਹੈ ਤਾਂ ਇਸ ਪੋਸਟ ਨੂੰ ਅਪਲਾਈ ਕਰਦੇ ਹੋ। ਟੋਟਲ ਪੋਸਟ ਦੇਖ ਸਕਦੇ ਹੋ ਤੁਸੀਂ, ਅਸਿਸਟੈਂਟ ਮੈਨੇਜਰ ਦੀ ਜਿਹੜੀ ਪੋਸਟ ਹੈਗੀ ਹੈ, ਪੋਸਟ ਨੇਮ 600 ਟੋਟਲ ਪੋਸਟ ਆਉਣਗੀਆਂ, ਠੀਕ ਹੈ ਜੀ। ਆਸਾਨੀ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਦੇਖ ਸਕਦੇ ਹੋ ਤੁਸੀਂ ਇਹਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਕਾਫੀ ਵੱਡਾ, ਲਗਭਗ 50 ਪੇਜ ਹੈਗੇ ਨੇ, ਤਾਂ ਇਸ ਕਰਕੇ ਅਸੀਂ ਤੁਹਾਨੂੰ ਸ਼ੋਰਟ ਦੇ ਵਿੱਚ ਦੱਸ ਦਿੱਤਾ ਗਿਆ। ਡਿਟੇਲਡ ਨੋਟੀਫਿਕੇਸ਼ਨ ਤੁਸੀਂ ਇੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਤੁਸੀਂ ਕੀ ਕਰਨਾ, ਫਰੀ ਜੋਬ ਅਲਰਟ ਦੀ ਜਿਹੜੀ ਵੈਬਸਾਈਟ ਹੈ www.freejobalert.com ਤੇ ਤੁਸੀਂ ਜਾ ਕੇ ਇਸ ਦਾ ਪੂਰਾ ਨੋਟੀਫਿਕੇਸ਼ਨ ਪੜ੍ਹ ਕੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ। IDBI ਬੈਂਕ ਦੇ ਵਿੱਚ ਜਿਹੜੀ ਪੋਸਟ ਹੈਗੀ ਹੈ, IDBI ਬੈਂਕ ਦੇ ਵਿੱਚ ਜਿਹੜੀ ਪੋਸਟ ਹੈਗੀ ਹੈ ਅਸਿਸਟੈਂਟ ਮੈਨੇਜਰ ਦੀ, ਠੀਕ ਹੈ ਜੀ। ਆਸ ਹੈ ਕਿ ਆਪ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਊ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਇੱਕ ਹੋਰ ਨਾ ਵੀਡੀਓ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ।